بسم اللہ الرحمن الرحیم السلام علیکم جی کیا حال چલે جی ਤੁਹਾਡੇ ਸਾਰਿਆਂ ਦੇ ਅੱਲਾ ਪਾਕ ਅਸ ਸਾਰਿਆਂ ਨੂੰ ਖੁਸ਼ ਰੱਖੇ ਹਸਦਾ ਵਸਦਾ ਰੱਖੇ ਤਾਂ ਮਾਸ਼ਾ ਅੱਲਾ ਜੀ ਇੱਥੇ ਅੱਜ ਕਰ ਰਹੇ ਆ ਕਿਚਨ ਦੀ ਸਫਾਈ ਮੈਂ ਕਿਹਾ ਬਾਕੀ ਤਾਂ ਸਾਰੀਆਂ ਹੋ ਗਈਆਂ ਨੇ ਲੇਕਿਨ ਕਿਚਨ ਚ ਨਾ ਇੱਕਾ ਸਟੈਂਡ ਨਜ਼ਰ ਆਉਂਦਾ ਸੀ ਪਲੇਟਾਂ ਦਾ ਉਹ ਪਲੇਟਾਂ ਤੇ ਉਤਰਦੀਆਂ ਰਹਿਂਦੀਆਂ ਨੇ افطاری ਦੇ ਟਾਈਮ ਆ ਤੇ ਬਰਤਨ ਤੇ ਸਾਫ਼ ਹੀ ਸਨ ਮੈਂ ਕਿਹਾ ਚਲੋ ਇਹਦਾ ਸਟੈਂਡ ਤੋ ਦਿੰਨੀ ਆ ਨਾ ਲਿਆ ਦੂਸਰੇ ਕੁਝ ਬਰਤਨ ਪਏ ਸਨ نیچے ਥੋੜੇ ਜੇ ਮੈਂ ਕਿਹਾ ਇਹ ਵੀ ਤੋ ਦਿੰਨੀ ਆ ਤੁਹੋ ਵਾਸੇ ਇਸੇ ਤਰ੍ਹਾਂ ਹੀ ਲਾਲਸ ਤੇ ਹੀ ਹੈ ਕਿ ਚਲੋ ਸਾਰੀ ਸਫਾਈ ਹੋ ਜਵੇ ਕੋਈ ਸਾਡੇ ਮਹਿਮਾਨ ਵੀ ਆਉਣੇ ਨੇ ਅਸੀਂ ਤੇ ਮੈਂ ਕਿਹਾ ਚਲੋ ਸਭ ਤੋਂ ਪਹਿਲਾਂ ਤੇ ਇਹ ਹੁੰਦਾ ਕਿ ਆਪਣਾ ਘਰ-ਬਾਰ ਸਾਰਾ ਕੁਝ ਬੰਦਾ ਸਾਫ਼ ਸੁਥਰਾ ਕਰ ਲਏ ਤੇ ਅੱਛਾ ਲੱਗਦਾ ਹੈ ਤੇ ਔਰ ਦੂਸਰਾ ਇਹ ਹੈ ਕਿ ਮੈਂ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਨਾ ਚਾਹਨੀ ਆ ਕਿ ਤੁਸੀਂ ਉਸ ਦਿਨ ਮੈਂ ਆਪਣੇ ਕਜ਼ਨ ਵਾਸਤੇ ਬੋਲਿਆ ਸੀ ਕਿ ਉਹਨਾਂ ਦੇ ਵਾਸਤੇ ਨਾ ਤੁਸੀਂ ਦੁਆ ਕਰਨੀ ਹੈ ਤੇ ਮਾਸ਼ਾਅੱਲਾ ਅੱਲਾ ਦਾ ਸ਼ੁਕਰ ਹੈ ਕਿ ਉਹਦੀ ਤਬੀਅਤ ਕਾਫੀ ਬਿਹਤਰ ਹੋਣਾ ਤੇ ਚਲੋ ਅੱਲਾਹ ਤਾਲਾ ਉਹਨਾਂ ਨੂੰ ਵੀ ਇਦੀਆਂ ਖੁਸ਼ੀਆਂ ਦੇਖਣੀਆਂ ਨਸੀਬ ਕਰਨ ਤੇ ਮਾਸ਼ਾਅੱਲਾ ਮੇਰੀ ਪੁੱਫੋ ਜਿਹੜੀਆਂ ਨੇ ਬੜੀ ਕੱਲ ਖੁਸ਼ ਸੀ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਤੇ ਉਹਨਾਂ ਦੀ ਤਬੀਅਤ ਕਾਫੀ ਬਿਹਤਰ ਹੈ ਪਹਿਲਾਂ ਤੇ ਨਾ ਦਿਮਾਗ 'ਚ ਚੋਟ ਲੱਗੀ ਸੀ ਸਿਰ 'ਚ ਜਿਹਦੀ ਵਜ੍ਹਾ ਤੋਂ ਬੇਹੋਸ਼ ਹੋ ਗਏ ਸਨ ਕਾਫੀ ਦਿਨ ਰਹੇ ਨੇ ਤੇ ਫਿਰ ਉਸ ਤੋਂ ਬਾਅਦ ਇਹੀ ਟੈਨਸ਼ਨ ਸੀ ਕਿ ਕਿਤੇ ਡਾਕਟਰ ਨੇ ਆਖਿਆ ਸੀ ਕਿ ਤੂੰ ਬਸ ਤੁਸੀਂ ਦਵਾਈ ਇਹ ਇਹਨੂੰ ਜੇ ਬਚਾ ਸਕਦੀ ਹੈ ਨਹੀਂ ਤੇ ਕਿਸੇ ਕਿਸੇ ਟਾਈਮ ਇਹ ਵੀ ਹੁੰਦਾ ਕਿ ਬੰਦਾ ਫਿਰ ਕੋਮੇ 'ਚ ਵੀ ਟੁਰ ਜਾਂਦਾ ਹੈ ਤੇ ਮਾਸ਼ਾਅੱਲਾ ਅੱਲਾ ਦਾ ਸ਼ੁਕਰ ਹੈ ਕਿ ਉਹ ਬਿਲਕੁਲ ਹੁਣ ਠੀਕ ਨੇ ਬਾਕੀ ਉਹਨਾਂ ਦੀ ਇੱਕ ਜਿਹੜੀ ਨਾ ਟਾਂਗ ਟੁੱਟੀ ਸੀ ਉਦਾ ਹੁਣ ਆਪਰੇਸ਼ਨ ਕਰਨਗੇ ਤੇ ਫਿਰ ਅੱਲਾ ਦਾ ਸ਼ੁਕਰ ਹੈ ਕਿ ਮਾਸ਼ਾ ਅੱਲਾ ਕੁਛ ਬेटर ਹੋ ਜਾਣਗੇ ਫਿਰ ਸ਼ਾਦੀ ਤੋਂ ਪਹਿਲਾਂ ਹੀ ਫਿਰ ਨਾ ਘਰ ਚਲੇ ਜਾਣਾ ਤੇ ਉਹ ਬਸ ਫਿਰ ਸਟੈਂਡ ਵੀ ਨਾਲ ਧੋਣ ਲਈ ਸਾਂ ਉਥੇ ਕਿਚਨ ਚ ਜਗ੍ਹਾ ਥੋੜੀ ਸੀ ਤੇ ਮੈਂ ਕਿਹਾ ਫੇ ਚਲੋ ਇਹਨੂੰ ਬਾਹਰ ਲੈ ਜਾਨੀ ਆ ਜ਼ਰਾ ਖੁੱਲੀ ਜਗ੍ਹਾ ਚ ਅੱਛੇ ਤਰੀਕੇ ਨਾਲ ਨਾ ਇਹ ਉੱਪਰ ਬੜੀ ਚਕਨਾਈ ਜੀ ਜੰਮ ਜਾਂਦੀ ਹੈ ਪਤਾ ਨਹੀਂ ਜਦੋਂ ਪਰਾਠੇ ਬਣਾਉਂਦੀਆਂ ਨਾ ਤੇ ਮਿੱਟੀ ਤੇ ਉਹ ਜਿਹੜੀ ਐਵੇਂ ਧੂਲ ਜੀ ਹੁੰਦੀ ਹੈ ਉਹ ਜੰਮ ਜਾਂਦੀ ਹੈ ਚਕਨਾਈ ਜੀ ਤੇ ਉਹ ਫਿਰ ਬੜੀ ਬੁਰੀ ਲੱਗਣ ਢਈ ਸੀ ਉਤਰਦੀ ਵੀ ਨਹੀਂ ਸੀ ਪਈ ਤੇ ਫਿਰ ਚੰਗੀ ਤਾਂ ਨਹੀਂ ਇਹਦੀ ਕੁਚੱਕ ਚਾਈ ਉੱਥੇ ਕੀਤੀ ਹੈ ਜਿਹਾ ਸਾਰਾ ਫਿਰ ਮੈਂ ਕਿਹਾ ਚਲੋ ਇਹਨੂੰ ਅੱਛੇ ਤਰੀਕੇ ਨਾਲ ਸਾਫ਼ ਕਰ ਲੈਣੀ ਆ ਤੇ ਇਧਰੋਂ ਚੁੱਲ੍ਹਾ ਵੀ ਉਹ ਵੇਖਿਆ ਤੇ ਉਹ ਵੀ ਗੰਦਾ ਬਸ ਉਹ ਸਾਰਾ ਕੁਝ ਫਿਰ ਦਿਲ ਕਰਦਾ ਹੈ ਕਿ ਜਦੋਂ ਬੰਦਾ ਸਫਾਈ ਸ਼ੁਰੂ ਕਰੇ ਨਾ ਤਾਂ ਸਾਰੀ ਕਰ ਦੇਈ ਰਹੀ ਹੈ ਜ਼ਕਰਾਂ ਹਾਤ ਜਿਵੇਂ ਮਾਸ਼ਾਅੱਲਾ 27ਵੀਂ ਦੀ ਰਾਤ ਸੀ ਫਿਰ ਇਬਾਦਤ ਵੀ ਕੀਤੀ ਤੇ ਸੁਬਾ ਜਿਹੜਾ ਨਾ ਬਸ ਕੋਈ ਵੀ ਹੋਰ ਕੰਮ ਕਰਦੇ ਦੇਣੇ ਸੀ ਕਰਾਣੇ ਬਸ ਆ ਥੋੜਾ ਜਿਹਾ ਰਹਿ ਜਾਂਦਾ ਸੀ ਬਾਕੀ ਤਾਂ ਮੈਂ ਸਾਰੇ ਕਰ ਲਏ ਨੇ ਮੈਂ ਚਲੋ ਇਹ ਵੀ ਕੰਪਲੀਟ ਕਰ ਲੈਣੀ ਆ ਖਤਮ ਹੋ ਜਾਣਾ ਪਹਿਲਾਂ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਚਲੋ ਅਗੂ ਬੰਦਾ ਕਪੜੇ ਛੋਪੜੇ ਪ੍ਰੈਸ ਕਰਦਾ ਹੈ ਇਹਦੇ ਉਹ ਵੀ ਤਿਆਰੀ ਤੇ ਆ ਉਸ ਦਿਨ ਮੈਂ ਇੱਕ ਕਲੀਪ ਬਣਾਇਆ ਸੀ ਮੇਰੀ ਛੋਟੀ ਸਿਸਟਰ ਨਾ ਉਧਰ ਆਈ ਸੀ ਅੰਮੀ ਦੇ ਘਰ ਉਹਨਾਂ ਨੇ ਆਪਣੀਆਂ ਬੇਟੀਆਂ ਦੇ ਲੇਸਨ ਕਪੜੇ ਤੇ ਉਹਨਾਂ ਦੀ ਸ਼ਾਪਿੰਗ ਮੈਂ ਥੋੜੀ ਜੀ ਲਈ ਸੀ ਕਲੀਪ ਬਣਾਇਆ ਸੀ ਤੇ ਮੈਂ ਕਿਹਾ ਚਲੋ ਇਹ ਵੀ ਤੁਹਾਨੂੰ ਸ਼ੇਅਰ ਕਰਨੀਆਂ ਦਿਖਾਨੀਆਂ ਆ ਉਹਦੀਆਂ ਦੋ ਬੇਟੀਆਂ ਆ ਨਾ ਤੇ ਉਹ ਮਾਸ਼ੱਲਾ ਜਿਵੇਂ ਦੇ ਬੜੀ ਦੇ ਲੈਂਦੀਆਂ ਨੇ ਉਸੇ ਤਰ੍ਹਾਂ ਦੀ ਛੋਟੀ ਦੇ ਲੈਂਦੇ ਨੇ ਤੇ ਫਿਰ ਦੋਨੋਂ ਦੇ ਫਿਰ ਜਿਹੜਾ ਨੇ ਸੀਮ ਸੀਮ ਹੀ ਲੈਣੇ ਪੈਂਦੇ ਨੇ ਅਗਰ ਇੱਕ ਦਾ ਹੋਰ ਕਲਰ ਦਾ ਹੋਵੇ ਨਾ ਦੂਸਰੇ ਦਾ ਹੋਰ ਕਲਰ ਦਾ ਹੋਵੇ ਤਾਂ ਫਿਰ ਬੜਾ ਆਪਸ ਵਿੱਚ ਲੜਦੇ ਨੇ ਬੱਚੇ ਕੋਈ ਵੀ ਹੋਣਾ ਨਾ ਉਹ ਬੜੀ ਲੜਾਈ ਕਰਦੇ ਨੇ ਤੋ ਜਿਸ ਤਰ੍ਹਾਂ ਮੇਰੀ ਮਹਿਕ ਤੇ ਮੀਰ ਬੇਨਾ ਇਹਨਾਂ ਦਾ ਵੀ ਅਗਰ ਮੈਂ ਚੇਂਜ ਲਵਾਂ ਨਾ ਤਾਂ ਹਜੇ ਤੱਕ ਛੋਟੀਆਂ ਹੁੰਦੀਆਂ ਨੇ ਤੇ ਮੈਂ ਲੈਂਦੀ ਰਹੀ ਸੀ ਸੇਮ ਸੇਮ ਲੇਕਿਨ ਹੁਣ ਥੋੜੇ ਜਿਹਾ ਚੇਂਜ ਕਰ ਦੇਣੀ ਹੈ ਕਿ ਚਲੋ ਖਿਆਰੇ ਹੁਣ ਤੁਸੀਂ ਬੜੀਆਂ ਹੋ ਗਈਆਂ ਜੀ ਇੱਕ ਸਾਈਜ਼ ਦੇ ਨਹੀਂ ਇੱਕ ਕਲਰ ਦੇ ਮਿਲਦੇ ਤੋ ਫਿਰ ਬੱਚੇ ਜਿਹੜੇ ਨੇ ਇਸੀ ਤੋਂ ਬੜਾ ਲੜਦੇ ਨੇ ਤੋ ਉਹਨੇ ਵੀ ਫਿਰ ਦੋਨਾਂ ਦੀਆਂ ਸ਼ਰਟਾਂ ਤੇ ਪੈਂਟਾਂ ਲਈਆਂ ਸੀ ਨਾਲ ਵਾਈਟ ਕਲਰ ਦੀਆਂ ਪੈਂਟਾਂ ਨੇ ਬਲੂ ਸ਼ਰਟਾਂ ਨੇ ਤੋ ਕਲਰ ਮਾਸ਼ੱਲਾ ਵੈਸੇ ਤਾਂ ਬੜੇ ਖਿਲੇ ਖਿਲੇ ਫਰੈਸ਼ ਸੀ ਲੇਕਿਨ ਕਮਿਨਿਚ ਪਰ ਪਤਾ ਲਾਈਟ ਦੇ ਨਾਲ ਕੁਝ ਡਾਰਕ ਜਿਹੜੇ ਕਲਰ ਇਹ ਫਿਰ ਨਾਲ ਆਪਣੀ ਉਹਨੇ ਇੱਕ ਸ਼ਰਟ ਲਈ ਸੀ ਇਹਦਾ ਨਾ ਡਿਜ਼ਾਈਨ ਬੜਾ ਅੱਛਾ ਲੱਗਣਿਆ ਸੀ ਲੇਕਿਨ ਇਹ ਹੈ ਕਿ ਉਹ ਪ੍ਰਿੰਟ ਸਾਰਾ ਇੱਕੋ ਜਿਹਾ ਹੈ ਨਾ ਤੇ ਉਹ ਇੰਨਾ ਵਾਜ਼ਿਆ ਨਜ਼ਰ ਨਹੀਂ ਆਉਂਦਾ ਲੇਕਿਨ ਇਹਦਾ ਡਿਜ਼ਾਈਨ ਅੱਛਾ ਬਣਿਆ ਸੀ ਓਪਨ ਸ਼ਰਟ ਬਣੀ ਸੀ ਤੇ ਨਾਲ ਹੈ ਸਕਿਨ ਕਲਰ ਦੀ ਫਿਰ ਉਹਨੇ ਕੈਪਰੀ ਲਈ ਹੈ ਤੇ ਟਰੌਜ਼ਰ ਨਾਲ ਫਿਰ ਇਹ ਦੁਪੱਟਾ ਹੈ ਤੇ ਮਾਸ਼ਾਅੱਲਾ ਫਿਰ ਉਹ ਜੋ ਵੀ ਉਹ ਚੀਜ਼ਾਂ ਲੈ ਕੇ ਆਈ ਸੀ ਦਿਖਾਣ ਲਈ ਸੀ ਬੱਚਿਆਂ ਦੇ ਤੇ ਉਹ ਗਏ ਸਨ ਪਿਕਨਿਕ ਤੇ ਇਹ ਲਾਹੌਰ ਵਾਲਾ ਉਧਰੋਂ ਲੈ ਕੇ ਆਈ ਸੀ ਕਾਫੀ ਲੇਕਿਨ ਇੱਕ ਇੱਕ ਇਧਰ ਫੇ ਲੈ ਕੇ ਆਈ ਸੀ ਅਮੀ ਨੂੰ ਦਿਖਾਉਣ ਵਾਸਤੇ ਤੇ ਫਿਰ ਮੈਂ ਕਿਹਾ ਚਲੋ ਮੈਂ ਵੀ ਦੇਖਾਂ ਕਿਸ ਤਰ੍ਹਾਂ ਦੇ ਤਵਾ ਉਹਨਾਂ ਦੀਆਂ ਬੇਟੀਆਂ ਨੇ ਮਿਰਬ ਦੇ ਨਾਲ ਬੈਠੀ ਹੈ ਬਸ ਜਦੋਂ ਬੱਚੇ ਇਕੱਠੇ ਹੋ ਜਾਣ ਫਿਰ ਉਹਨਾਂ ਨੂੰ ਕਿਸੇ ਦਾ ਕੋਈ ਪਤਾ ਨਹੀਂ ਹੁੰਦਾ ਕਿ ਕੋਈ ਕਿੱਥੇ ਆ ਕਿੱਥੇ ਨਹੀਂ ਲੇਕਿਨ ਉਹ ਨਾ ਆਪਣੇ ਮੋਬਾਈਲਾ 'ਚ ਹੀ ਮਗਨ ਰਹਿੰਦੇ ਨੇ ਬੱਚੇ ਤੇ ਅੱਜ ਜੀ ਮਾਸ਼ਾਅੱਲਾ 27ਵੀਂ ਦੀ ਰਾਤ ਇਬਾਦਤ ਕਰਕੇ ਤੇ ਸੁਬਾ ਫਿਰ ਮੈਂ ਕਿਹਾ ਚਲੋ ਹੁਣ ਅੱਜ ਕੋਈ ਚੀਜ਼ ਬਣਾ ਲੈਣੀ ਹੈ ਮਿੱਠੀ ਨਾਲੇ ਖਤਮ ਦੀ ਲਾਣੀਆਂ ਤੇ ਬਾਕੀ ਤੇ ਚੀਜ਼ਾਂ ਬਣਦੀਆਂ ਲੈਣੀਆਂ ਬਰੀਆਨੀ ਪਲਾਓ ਇਹ ਵੋ ਸਾਰਾ ਕੁਝ ਹੀ ਤੇ ਅੱਜ ਬਣਾਉਣ ਲੱਗੇ ਨੇ ਮਤੰਜਨ ਚਾਵਲ ਤੇ ਮੈਂ ਕਿਹਾ ਚਲੋ ਜ਼ਰਾ ਕੋਈ ਮਿੱਠੀ ਡਿਸ਼ ਹੋ ਜਾਵੇ ਉਹ ਇਹਨਾਂ ਦੀ ਦਾਦੋ ਜਿਹੜੀ ਨਾ ਬੜੇ ਬਿਹਤ ਬਣਾ ਦੇਣੇ ਤੇ ਉਹ ਫਿਰ ਮੈਂ ਕਿਹਾ ਚਲੋ ਅੱਜ ਉਹ ਬਣਾਉਂਦੇ ਨੇ ਤੇ ਨਾਲੇ ਮੈਂ ਵੀ ਵੇਖ ਲੈਣੀ ਆ ਕਿਉਂਕਿ ਮੈਂ ਜ਼ਿਆਦਾ ਨਹੀਂ ਨਾ ਇਹ ਚਾਵਲ ਬੰਦੇ ਆ ਤੇ ਮੈਨੂੰ ਹਜੇ ਕੋਈ ਇਹ ਨਾ ਬਣਾਉਂਦਾ ਤਜਰਬਾ ਨਹੀਂ ਸੀ ਤੇ ਫਿਰ ਉਹ ਬਣਾਣ ਦੇ ਸਾਲ ਮੈਂ ਵੇਖਣ ਗਈ ਸਾਂ ਤੇ ਉਹ ਗਿਰੀ ਉਹਨਾਂ ਨੇ ਲੈ ਕੇ ਨਾ ਥੋੜੀ ਜੀ ਉਹ ਚਾਵਲਾਂ ਚੀਂ ਡਾਲ ਦਿੱਤੀ ਕਿ ਉਹ ਥੋੜੀ ਜੀ ਗਲ ਜੇ ਕਿਨਾਂ ਤੇ ਫਿਰ ਜ਼ਰਾ ਸਹੀ ਜਿਹੜਾ ਨਾ ਕੱਟੀ ਜਾਏਗੀ ਤੇ ਉਹ ਜ਼ਰਾ ਨਰਮ ਹੋ ਜਾਏਗੀ ਤੇ ਇਹ ਲੋ ਇਹ ਵੀ ਉਹਨਾਂ ਦਾ ਆਈਡੀਆ ਹੈ ਇੱਕ ਤੇ ਮੈਂ ਸਭ ਸੋਚਦੀ ਸਾਂ ਮੈਂ ਇਹ ਕਾਦੇ ਤੋਂ ਵਿੱਚ ਪਾ ਦਿੱਤੀ ਹੈ ਨਾ ਤੇ ਫਿਰ ਚਾਵਲ ਜਿਹੜੇ ਨੇ ਬੋਇਲ ਕੀਤੇ ਨੇ ਬਸ ਇੱਥੋਂ ਥੋੜਾ ਜਿਹਾ ਮਸ ਬਿਰਿਆਨੀ ਦੇ ਹੋਣ ਜਾਂ ਦੂਸਰੇ ਇਹ ਵੀ ਕੋਈ ਵੀ ਪਲਾਉ ਬਣਾਣਾ ਪਵੇ ਜਾਂ ਇਸ ਤਰ੍ਹਾਂ ਦੇ ਜਿਹੜੇ ਚਾਈਨੀ ਚਾਵਲ ਕਿ ਇਹਨਾਂ ਦੀ ਕਣੀ ਜਿਹੜੀ ਹੈ ਨਾ ਉਹ ਨਾ ਟੁੱਟੇ ਬਸ ਉਹ ਜ਼ਰਾ ਸਹੀ ਰਹਿ ਜਵੇ ਤੇ ਚਾਵਲ ਮਾਸ਼ਾਅੱਲਾ ਸਾਰੇ ਹੀ ਫਿਰ ਅੱਛੇ ਬਣ ਜਾਂਦੇ ਨੇ ਤੇ ਨਹੀਂ ਤੇ ਫਿਰ ਬਾਅਦ ਚੋਂ ਅਗਰ ਜ਼ਿਆਦਾ ਗਲ ਜਾਂਦੇ ਤੇ ਉਹ ਵੈਸੇ ਹੀ ਕੁਲ ਜਾਂਦੇ ਨੇ ਤੇ ਉਹ ਫਿਰ ਬਸ ਮੈਂ ਨਾਲ ਵੇਖਣ ਡਈ ਸਾਂ ਫਸਟ ਟਾਈਮ ਹੀ ਮੈਂ ਨਾ ਕਾਫੀ ਅਰਸੇ ਬਾਅਦ ਹੀ ਉਹਨਾਂ ਨੇ ਵੀ ਬਣਾਏ ਨੇ ਲੇਕਿਨ ਜਦੋਂ ਵੀ ਬਣਾਉਂਦੇ ਨੇ ਬਹੁਤ ਹੀ ਮਜ਼ੇ ਵਾਲੇ ਬਣਾਉਂਦੇ ਨੇ ਤੇ ਇਹ ਫਿਰ ਉਹਨਾਂ ਨੇ ਵਿੱਚ ਦੀ ਚਾਸ਼ਨੀ ਜਿਹੜੀ ਬਣਾਣ ਡਏ ਨੇ ਵਿੱਚ ਚੀਨੀ ਪਾਈ ਹੈ ਘਿਓ ਪਾਇਆ ਹੈ ਪਾਣੀ ਹੈ ਥੋੜਾ ਜਿਹਾ ਉਨੂੰ ਚੰਗੀ ਤਰ੍ਹਾਂ ਜਿਹੜਾ ਇਹਨਾਂ ਨੂੰ ਪਕਾਇਆ ਹੈ ਤੇ ਜਦੋਂ ਪੱਕ ਜਾਵੇ ਅੰਸਨ ਜਦੋਂ ਇੱਕ ਮੋਤੀ ਤਰ੍ਹਾਂ ਰਹਿ ਜਾਵੇ ਨਾ ਪਤਾ ਨਹੀਂ ਇਸ ਤਰ੍ਹਾਂ ਬਣ ਜਾਵੇ ਤਾਂ ਫਿਰ ਉਹਦੇ ਵਿੱਚ ਚਾਵਲ ਮਿਕਸ ਕਰਨੇ ਨੇ ਲੇਕਿਨ ਉਹ ਬਣਾਈ ਜਾਂਦੇ ਸਨ ਮੈਂ ਵੇਖੀ ਜਾਂਦੀ ਸੀ ਮੈਂ ਕਿਹਾ ਚਲੋ ਬੰਦਾ ਸਿੱਖ ਲੈਂਦਾ ਹੈ ਬਣਾਣੇ ਇਸ ਤੋਂ ਨਹੀਂ ਨਾ ਮੈਨੂੰ ਪੈਂਦੇ ਜ਼ਿਆਦਾ ਕਿ ਮੇਰੇ ਬੱਚੇ ਨਹੀਂ ਖਾਂਦੇ ਹੁਣ ਮੈਂ ਹੱਕ ਵੇਖਣ ਲਈ ਸੀ ਤਾਂ ਸੀ ਮਾਮਾ ਮੈਨੇ ਤਾਂ ਨਹੀਂ ਖਾਣੀ ਇਹ ਵਾਲੇ ਚਾਵਲ ਇਹ ਮਿੱਠੇ ਚਾਵਲ ਮੈਨੇ ਨਹੀਂ ਖਾਣੇ ਉਹ ਬੱਚੇ ਨਹੀਂ ਖਾਂਦੇ ਫਿਰ ਇਸੇ وجہ ਤੋਂ ਇਹ ਵੀ ਨਹੀਂ ਚੀਜ਼ਾਂ ਬਣਾਉਣੀਆਂ ਨਹੀਂ ਪੈਂਦੀਆਂ ਤੇ ਇਹ ਫਿਰ ਨਾਲ ਕਿਸ਼ਮਿਸ਼ ਪਾਈ ਹੈ ਨਾਲ ਗਿਰੀ ਪਾਈ ਹੈ ਸਾਰੇ ਕੁਝ ਤੇ ਕਲਰ ਪਾਏ ਨੇ ਕਲਰ ਜੀ ਆ ਸਾਨੂੰ ਸਿਰਫ ਦੋ ਕਲਰ ਮਿਲੇ ਨੇ ਹਾਲਾਂਕਿ ਤੀਸਰਾ ਕਲਰ ਵੀ ਮਿਲਦਾ ਨਾ ਤੇ ਬਹੁਤ ਹੀ ਅੱਛੇ ਬਣਨੇ ਸਨ ਉਹ ਜਿਹੜਾ ਪਿੰਕ ਕਲਰ ਹੁੰਦਾ ਨਾ ਉਹ ਨਹੀਂ ਮਿਲਿਆ ਤੇ ਇਹ ਜ਼ਰਦਾ ਕਲਰ ਤੇ ਦੂਸਰਾ ਨਾਲ ਗ੍ਰੀਨ ਕਲਰ ਹੈ ਦੋਨੋਂ ਮਿਲੇ ਨੇ ਉਹ ਪਾ ਕੇ ਤੇ ਫਿਰ ਬਸ ਮੈਂ ਕਿਹਾ ਚਲੋ ਹੁਣ ਖੈਰ ਹੈ ਪਤਾ ਕੀਤਾ ਉਹਨਾਂ ਨੇ ਲੇਕਿਨ ਅੰਦਰੋਂ ਤੀਸਰਾ ਕਲਰ ਨਹੀਂ ਕਿਤੋਂ ਵੀ ਮਿਲਿਆ ਦੋ ਹੀ ਮਿਲੇ ਨੇ ਮੈਂ ਕਿਹਾ ਉਹ ਪਾ ਦਿੰਨੇ ਆ ਤੇ ਮੀਰਾ ਵੇਖੋ ਕਿੰਨੀ ਖੁਸ਼ ਹੋ ਥੋੜੇ ਥੋੜੇ ਹੱਲ ਕਰਕੇ ਨਾ ਕੱਪ ਚ ਤੇ ਰੱਖਣ ਲਈ ਹੈ ਤੇ ਇਹ ਫਿਰ ਵੇਖੋ ਜੀ ਮਾਸ਼ਾਅੱਲਾ ਹੁਣ ਬਹੁਤ ਹੀ ਅੱਛੇ ਬੜੇ ਮਜ਼ੇ ਵਾਲੇ ਬਣੇ ਨੇ ਹੁਣ ਮੈਂ ਕਿ ਖਤਮ ਦਿਲਾਣੇ ਆ ਨਾਲ ਕੁਛ ਇਹ ਦਰ ਜਿਹੜਾ ਨੇ ਹਮਸਾਇਆ ਕਰ ਦਿੰਨੇ ਆ ਤੇ ਬਸ ਰਾਤ ਜਾਗ ਜਾ ਕੇ ਨਾ ਅੱਜ ਰੋਜ਼ਾ ਵੀ ਬਹੁਤ ਹੀ ਲੱਗਾ ਸੀ ਵਾਇਸ ਕਰਨੀ ਬੜੀ ਮੁਸ਼ਕਲ ਹੋ ਗਈ ਸੀ ਮੈਂ ਚਲੋ ਹੁਣ ਦੇ ਦਿੰਨੇ ਆ ਐਸੀ ਮੇਰਾ ਅੱਜ ਦਾ ਵਲੌਗ ਅਗਰ ਅੱਛਾ ਲੱਗਾ ਤਾਂ ਪਲੀਜ਼ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਅਲਾ ਹਫੀਜ਼